ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ माई भाई को साडे वालों बेनती है कि चाह पकौड़े का लंगर छक के जाओ जी तो गुरु महाराज दी खुशियां प्राप्त करो। वाहेगुरु जी का खालसा वाहेगुरू जी की फतेह। ये हर साल जी पहली बार 2018 के नगर कीर्तन की आरंभता हुई सी जिस विच साध संगत ने साडा सहयोग दिता। पहली वारी मठियाइया का लंगर लाया। उस तो बाद ਜਦੋਂ ਜੋ ਸੰਗਤਾਂ ਦੇ ਵਿੱਚ ਉਤਸ਼ਾਹ ਵਧਿਆ ਅੱਜ ਇੱਥੇ ਜੋ ਵੀ ਲੰਗਰ ਲੱਗ ਰਹੇ ਨੇ ਸਾਰੀ ਸਮੂਹ ਸੰਗਤਾਂ ਦੀਆਂ ਸੇਵਾਵਾਂ ਅਤੇ ਆਪਣਾ ਦਾਨ ਜੋ ਵੀ ਕੋਈ ਸਾਨੂੰ ਆਣ ਕੇ ਕਹਿੰਦਾ ਹੈ ਕਿ ਟੀਮ ਘਿਓਰਾ ਲੈ ਲਓ ਫੰਡ ਲੈ ਲਓ ਜੋ ਵੀ ਹੈ ਸਭ ਸੰਗਤਾਂ ਦਾ ਕਿਸੇ ਇੱਕ ਬੰਦੇ ਦਾ ਇਹ ਲੰਗਰ ਨਹੀਂ ਲਗਾਇਆ ਹੋਇਆ ਨਾ ਹੀ ਇਹ ਨੌਜਵਾਨ ਧਾਰਮਿਕ ਸਭਾ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਇਸ ਦੇ ਵਿੱਚ ਨੌਜਵਾਨ ਧਾਰਮਿਕ ਸਭਾ ਦੇ ਨੂੰ ਬਹੁਤ ਬਹੁਤ ਧੰਨਵਾਦ। ਨੌਜਵਾਨ ਧਾਰਮਿਕ ਸਭਾ ਇਸ ਵੇਲੇ ਸੰਗਤਾਂ ਦੇ ਸਹਿਯੋਗ ਦੇ ਨਾਲ ਰਾਹ ਦੇ ਵਿੱਚ ਜਾਂਦੀਆਂ ਸੰਗਤਾਂ ਨੂੰ ਚਾਹ ਅਤੇ ਪਕੌੜਾ ਅਤੇ ਹੋਰ ਜੂਸ ਅਤੇ ਜੋ ਬਿਸਕਟ ਵਗੈਰਾ ਲੈ ਰਹੇ ਹਨ ਉਹ ਸੰਗਤਾਂ ਛਕਾ ਰਹੀਆਂ। ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਅੰਮ੍ਰਿਤਸਰ ਦੀਆਂ ਸੰਗਤਾਂ ਹਿੰਦੂ ਮੁਸਲਿਮ ਸਿੱਖ ਇਸਾਈ ਸਾਰਿਆਂ ਵੱਲੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਸਾਰਿਆਂ ਦੇ ਰਹਿਬਰ ਹਨ ਵੱਧ ਚੜ੍ਹ ਕੇ ਸੇਵਾ ਕੀਤੀ ਜਾਵੇ। ਅਸੀਂ ਜੀ ਪੰਜਾਬ ਨੂੰ ਬਚਾ ਸਕਦੇ ਹਾਂ ਇਸ ਸੰਬੰਧ ਵਿੱਚ ਕਿ ਨਵੀਂ ਪੀੜ੍ਹੀ ਨੂੰ ਸੇਵਾ ਵੱਲ ਤੋਰੀਏ ਅਤੇ ਨਸ਼ੇ ਦਾ ਖਾਤਮਾ ਕਰੀਏ। ਜਿਵੇਂ ਪੰਜਾਬੀ ਲੋਕ ਹੈਗੇ ਸਾਰੇ ਭੁੱਲੇ ਹੋਏ ਆ ਵਗੈਰਾ ਗਲਤ ਰਾਏ ਪਏ ਆ ਅਤੇ ਇਹ ਜਿਹੜੇ ਕੰਮ ਦੀ ਕਰਦੇ ਆ ਲੋਕ ਕਿਉਂ ਨਹੀਂ ਕਰਦੇ ਲੋਕ ਜਾਗਦੇ ਕਿਉਂ ਨਹੀਂ ਸੁੱਤੇ ਪਏ ਆ। ਇਹ ਤਾਂ ਦੇਖੋ ਜੀ ਜੋ ਪੁਲਿਸ ਪ੍ਰਸ਼ਾਸਨ